ਸਾਡੇ ਯੂਨੀਅਨ ਦਾ ਧਰਨਾ ਸੀ। ਮੈਂ ਉੱਥੇ ਜਾ ਵੜਿਆ ਅਤੇ ਤੀਜੇ ਦਿਨ ਅਖਬਾਰ 'ਚ ਖਬਰ ਲੱਗ ਗਈ ਕਿ ਜੱਸ ਬਾਜਵਾ ਕਾਂਗਰਸ ਦਾ ਬੰਦਾ ਹੈ ਅਤੇ ਇਹਨੇ ਹੁਣ ਕਾਂਗਰਸ ਤੋਂ ਗਾਂਹ ਆਪਦਾ ਸਿਸਟਮ ਅੱਗੇ ਕਰਨਾ। ਪਿੱਛੇ ਵੀ ਇਹ ਕਾਂਗਰਸ ਦਾ ਹੀ ਛੱਡਿਆ ਹੋਇਆ ਸੀ। ਸੂਬੇ ਦੀ ਸਰਕਾਰ ਨੇ ਵੀ ਕਈ ਇੱਦਾਂ ਦੇ ਪ੍ਰੋਪੋਗੰਡੇ ਕੀਤੇ, ਲੋਕਾਂ ਨੇ ਵੀ ਐਲੀਗੇਸ਼ਨ ਲਾਏ। ਜਦੋਂ ਖੱਟੜ ਵਰਗਿਆਂ ਦਾ ਇੱਕ ਬਿਆਨ ਆ ਜਾਂਦਾ ਸੀ ਕਿ ਅੰਬਾਲਾ ਟੱਪ ਕੇ ਦਿਖਾ ਦੇਣਾ, ਫਿਰ ਦੇਖਾਂਗੇ, ਕੋਈ ਨਹੀਂ ਅੱਗੇ ਨਹੀਂ ਵਧਣ ਦਿੰਦੇ, ਤਾਂ ਉਹ ਸਾਨੂੰ ਚੀਜ਼ਾਂ ਬਲ ਦਿੰਦੀਆਂ ਸੀ ਵੀ ਸਾਨੂੰ ਇਹਨਾਂ ਨੇ ਕਿਹਾ ਕਿਵੇਂ ਅਤੇ ਅਸੀਂ ਹੁਣ ਕਰ ਕੀ ਦਿਖਾਵਾਂਗੇ। ਕਿ ਅੱਜ ਜੇ ਅਸੀਂ ਸਿਆਸਤ ਦੀ ਗੱਲ ਵੀ ਕਰਦੇ ਹਾਂ ਸਾਨੂੰ ਡਰ ਲੱਗਣ ਲੱਗ ਜਾਂਦਾ ਕਿ ਯਾਰ ਇਹ ਰਾਜਨੀਤਿਕ ਬੰਦਾ, ਅਤੇ ਰਾਜਨੀਤਿਕ ਹੋਣਾ ਕੋਈ ਗਲਤ ਗੱਲ ਨਹੀਂ। ਆਮ ਬੰਦੇ ਨੂੰ ਵੀ ਰਾਜਨੀਤਿਕ ਹੋਣਾ ਚਾਹੀਦਾ, ਰਾਜਨੀਤੀ ਦੀ ਸੋਝੀ ਰੱਖਣੀ ਚਾਹੀਦੀ ਹੈ। ਜੇ ਅਸੀਂ ਰਾਜਨੀਤਿਕ ਨਹੀਂ ਹਾਂ ਤਾਂ ਹੀ ਇਹ ਜਿਹੜੇ ਬਖੇੜੇ ਆ ਖੜ੍ਹੇ ਹੋਏ ਆ। ਕਦੇ ਬਦਾਮ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਨਹੀਂ ਖਿਲਾਏ ਹੈਗੇ, ਪਰ ਲੀਡਰ ਨੂੰ ਖਿਲਾਉਂਦੇ ਸੀ ਜਿਹਨੇ ਇੱਕ ਦਿਨ ਸਾਡੇ ਘਰ ਆਉਣਾ ਕਿ ਆਓ ਜੀ, ਫੋਟੋਆਂ ਖਿਚਾਉਂਦੇ ਹੁੰਦੇ ਸੀ। ਅੱਜ ਉਹਨਾਂ ਲੀਡਰਾਂ ਨੂੰ ਵੀ ਪਿੰਡਾਂ ਦੇ ਵਿੱਚ ਵੜਨ ਤੋਂ ਡਰ ਲੱਗ ਰਿਹਾ। ਇਹ ਸਾਡੇ ਧਰਨੇ ਦਾ ਅਸਰ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸ਼ੈਸ਼ਵ ਨਾਗਰਾ ਸਵਾਗਤ ਕਰਦਾ। ਦੋਸਤੋ, 8 ਮਹੀਨਾ ਹੋ ਚੁੱਕੇ ਨੇ ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਅਤੇ ਜੇ ਇਸ ਅੰਦੋਲਨ ਦੀ ਗੱਲ ਕਰੀ ਜਾਵੇ ਤਾਂ ਇਸ ਅੰਦੋਲਨ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਨ ਦੇ ਵਿੱਚ ਪੰਜਾਬੀ ਕਲਾਕਾਰਾਂ ਦਾ ਸਭ ਤੋਂ ਵੱਡਾ ਅਹਿਮ ਯੋਗਦਾਨ ਰਿਹਾ ਹੈ। ਅਤੇ ਜੇ ਉਹਨਾਂ ਕਲਾਕਾਰਾਂ ਦੇ ਵਿੱਚ ਮੈਂ ਗੱਲ ਕਰਾਂ ਤਾਂ ਜੱਸ ਬਾਜਵਾ ਇੱਕ ਅਜਿਹਾ ਨਾਮ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਲੋਕਾਂ ਨੂੰ ਜਾਗਰੂਕ ਕਰਨ ਦੀ, ਉਹਨਾਂ ਨੂੰ ਲਾਮਬੰਦ ਕਰਨ ਦੀ, ਅਤੇ ਉਦੋਂ ਬਾਅਦ 'ਚ ਉਹਨਾਂ ਨੂੰ ਬਾਰਡਰਾਂ ਤੱਕ ਲੈ ਕੇ ਆਉਂਦੀ, ਅਤੇ ਲਗਾਤਾਰ ਕਿਸਾਨੀ ਨੂੰ ਲੈ ਕੇ ਆਪਣੇ ਕਲਮ ਦੇ ਨਾਲ ਜਾਗਰੂਕ ਵੀ ਕਰ ਰਹੇ ਨੇ, ਗਾਣੇ ਵੀ ਲੈ ਕੇ ਆ ਰਹੇ ਨੇ, ਅਤੇ ਸਮੇਂ ਸਮੇਂ 'ਤੇ ਬਣਦੀ ਜਿਹੜੀ ਆਪਣੀ ਸ਼ਮੂਲੀਅਤ ਵੀ ਦਿੰਦੇ ਨੇ। ਇਸ ਵਕਤ ਗੁਰਦੁਆਰਾ ਨਾਨਕਸਰ ਅਮਰੀਆ ਪੀਲੀਭੀਤ ਬੈਠੇ ਹਾਂ। ਉੱਤਰ ਪ੍ਰਦੇਸ਼ ਦੇ ਵਿੱਚ ਇਹ ਗੁਰੂ ਘਰ ਪੈਂਦਾ ਹੈ, ਅਤੇ ਮੇਰੇ ਨਾਲ ਜੱਸ ਬਾਜਵਾ ਜੀ ਮੌਜੂਦ ਨੇ। ਦੂਸਰੇ ਪਾਸੇ ਜਥੇਦਾਰ ਮੋਹਨ ਸਿੰਘ ਵੀ ਇੱਥੇ ਮੌਜੂਦ ਨੇ, ਜੋ ਲਗਾਤਾਰ ਗਾਜ਼ੀਪੁਰ ਬਾਰਡਰ 'ਤੇ ਸੇਵਾ ਨਿਭਾ ਰਹੇ ਨੇ, ਲੰਗਰ ਜਿਹੜਾ ਉੱਥੇ ਚਲਾਇਆ ਗਿਆ। ਸੋ ਇਹਨਾਂ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਹਾਲ ਹੀ ਦੇ ਵਿੱਚ ਸਿੰਘੂ ਬਾਰਡਰ 'ਤੇ ਇੱਕ ਮੀਟਿੰਗ ਵੀ ਕਰਕੇ ਹਟੇ ਨੇ ਕਲਾਕਾਰ ਭਾਈਚਾਰੇ ਦੀ ਮੀਟਿੰਗ ਦੇ ਵਿੱਚ, ਉੱਥੇ ਕਿਹੜੇ ਫੈਸਲੇ ਲਏ ਗਏ ਨੇ, ਕਿਸ ਦੇ ਤਹਿਤ ਅੱਜ ਇੱਥੇ ਪਹੁੰਚੇ ਨੇ, ਉਹ ਸਾਰੀਆਂ ਤਮਾਮ ਉਹ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਚੈਨਲ 'ਤੇ ਸਵਾਗਤ ਹੈ ਜੀ ਤੁਹਾਡਾ। ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਮੈਂ ਪਹਿਲਾਂ ਤਾਂ ਇਹ ਜਾਣਨਾ ਚਾਹੂੰਗਾ ਕਿ ਅੱਜ ਇੱਥੇ ਪਹੁੰਚੇ ਦੀ ਕੋਈ ਖਾਸ ਵਜ੍ਹਾ? ਖਾਸ ਵਜ੍ਹਾ, ਆਪ ਸਭ ਬਹੁਤ ਚੰਗੇ ਤਰੀਕੇ ਨਾਲ ਵਾਕਫ ਹੋ ਕੇ ਜਿਹੜਾ ਸਾਡਾ ਕਿਸਾਨੀ ਸੰਘਰਸ਼ ਇਹਨਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਪਿਛਲੇ 8 ਮਹੀਨੇ ਤੋਂ ਚੱਲ ਰਿਹਾ। ਜੇ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ 3 ਕੁ ਮਹੀਨੇ ਪਹਿਲਾਂ ਲੱਗ ਗਏ ਸੀ, ਚਾਹੇ ਉਹ ਟੋਲ ਪਲਾਜ਼ੇ ਸਾਡੇ ਬਜ਼ੁਰਗਾਂ ਨੇ ਰੋਕੇ, ਰੇਲਵੇ ਲਾਈਨਾਂ ਰੋਕੀਆਂ, ਉਹਨਾਂ ਨੂੰ ਦੇਖ ਕੇ ਨੌਜਵਾਨੀ ਨੂੰ ਵੀ ਲੱਗਿਆ ਪਹਿਲਾਂ ਸੱਚ ਇਹੀ ਹੈ ਵੀ ਬਜ਼ੁਰਗਾਂ ਨੇ ਸ਼ੁਰੂਆਤ ਕੀਤੀ, ਜਿਹੜੇ ਯੂਨੀਅਨ ਵਾਲੇ ਸੀ ਉਹਨਾਂ ਨੇ ਰੇਲਵੇ ਲਾਈਨਾਂ ਰੋਕੀਆਂ। ਫਿਰ ਹੌਲੀ ਹੌਲੀ ਯੂਥ ਨੂੰ ਲੱਗਿਆ ਵੀ ਇਹ ਬੜਾ ਸੰਜੀਦਾ ਮੁੱਦਾ ਵੀ ਗੌਰਮੈਂਟ ਟਸ ਤੋਂ ਪਹਿਲਾਂ ਸਾਨੂੰ ਇਹ ਲੱਗਦਾ ਸੀ ਵੀ ਕੋਈ ਨਹੀਂ, ਕਾਨੂੰਨ ਨੇ ਪਿੱਛੇ ਹਟ ਜਾਣਗੇ, ਪਹਿਲਾਂ ਵੀ ਬੜੇ ਆਏ। ਪਰ ਜਿਵੇਂ ਗੌਰਮੈਂਟ ਦਾ ਰਵੱਈਆ ਕਰੜਾ ਹੁੰਦਾ ਗਿਆ, ਉਵੇਂ ਉਵੇਂ ਗੱਲਾਂ ਬਾਤਾਂ ਯੂਨੀਅਨ ਵਾਲਿਆਂ ਦੀਆਂ ਚੱਲੀਆਂ, ਨਹੀਂ ਮੰਨੇ, ਤਾਂ ਫਿਰ ਜਿਹੜਾ ਯੂਥ ਹੈ, ਦੇਖੋ ਜਿਹੜਾ ਖੇਤਾਂ ਦਾ ਵਿਸ਼ਾ ਨਾ ਜੀ, ਜਿਹੜਾ ਖੇਤੀ ਦਾ ਵਿਸ਼ਾ, ਇਹਦੇ ਨਾਲ ਅਸੀਂ, ਮੈਂ ਵਾਰ ਵਾਰ ਇਹੀ ਗੱਲ ਕਹਿਣਾ ਹਰ ਇੱਕ ਮੰਚ 'ਤੇ ਕਿ ਫਾਈਨੈਂਸ਼ਲੀ ਤਾਂ ਚਲੋ ਜੁੜੇ ਹੋਏ ਹਾਂ, ਚਲੋ ਰੁਜ਼ਗਾਰ ਤਾਂ ਸਾਡਾ ਹੈਗਾ ਹੀ ਹੈ, ਪਰ ਅਸੀਂ ਇਮੋਸ਼ਨਲੀ ਵੀ ਬਹੁਤ ਜੁੜੇ ਹੋਏ ਹਾਂ। ਸਾਡਾ ਇੱਕ ਇਤਿਹਾਸ ਹੈ ਉਹਨਾਂ ਖੇਤਾਂ ਦੇ ਨਾਲ ਜੁੜਿਆ ਹੋਇਆ। ਜਦੋਂ ਖੇਤ ਖੋਣ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਲੱਗਦਾ ਕਿ ਸਾਡੇ ਘਰ 'ਤੇ ਕੋਈ ਡਾਕਾ ਮਾਰ ਰਿਹਾ। ਜਗੀਰ ਤਾਂ ਸਾਡੀ ਹੈਗੀ ਹੈ, ਪਰ ਜਿਵੇਂ ਸਾਡੇ ਬਜ਼ੁਰਗਾਂ ਨੇ ਉਹ ਟਿੱਬੇ ਪੱਧਰੇ ਕੀਤੇ, ਜਦੋਂ ਰੀਲ ਰਿਵਾਇੰਡ ਹੁੰਦੀ ਹੈ ਸਾਰੀ ਕਿ ਕਿੱਥੋਂ ਖੇਤੀ ਅੱਜ ਕਿੱਥੇ ਲੈ ਕੇ ਆਏ ਹਾਂ, ਅਤੇ ਅੱਜ ਇਹ ਬਣਿਆ ਤਣਿਆ ਢਾਂਚਾ ਜਿਹੜਾ ਕਾਰਪੋਰੇਟ ਆ ਕੇ ਇਹਦੇ 'ਤੇ ਹਾਵੀ ਹੋ ਰਿਹਾ ਕਿ ਸਾਨੂੰ ਦੇ ਦਿਉ, ਨਹੀਂ ਇਹ ਹੋਣਾ ਨਹੀਂ ਚਾਹੀਦਾ। ਸੋ ਉਹ ਇੱਕ ਭਾਵਨਾ, ਇੱਕ ਮੇਰੇ ਤੋਂ ਬਹੁਤ ਵੀਰਾਂ ਨੇ ਇਹ ਸਵਾਲ ਕੀਤਾ ਕਿ ਤੁਸੀਂ ਕਿਉਂ ਇਸ ਅੰਦੋਲਨ ਦੇ ਵਿੱਚ ਆਏ ਹੋ, ਬਾਕੀ ਕਲਾਕਾਰ ਜਿਵੇਂ ਸਪੋਰਟ ਕਰਦੇ ਆ, ਸਾਰੇ ਆਏ ਆ, ਚਲੋ ਸਾਰੇ ਚੰਗੇ ਆ, ਸਾਰੇ ਆਏ ਆ, ਪਰ ਤੁਸੀਂ ਥੋੜ੍ਹਾ ਜਿਹਾ ਤੁਹਾਡੇ ਤੋਂ ਹੁਣ ਇਹ ਲੱਗਣੋਂ ਹਟ ਗਿਆ ਕਿ ਤੁਸੀਂ ਕਲਾਕਾਰ ਹੋ, ਸਾਨੂੰ ਲੱਗਦਾ ਤੁਸੀਂ ਕਿਸਾਨਾਂ ਦੇ ਆਗੂ ਹੋ, ਤੁਸੀਂ ਲੀਡਰ ਹੋ। ਤਾਂ ਮੈਂ ਇਸ ਗੱਲ ਦਾ, ਦੇਖੋ ਜਿਵੇਂ ਬਾਬਾ ਜੀ ਨਾਲ ਅਸੀਂ ਇਹੀ ਵਿਚਾਰ ਚਰਚਾ ਕਰ ਰਹੇ ਸੀ ਕਿ ਮਹਾਰਾਜ ਨੇ ਸੇਵਾ ਲੈਣੀ ਹੁੰਦੀ ਹੈ। ਬਹੁਤ ਅੱਗੇ ਪਹਿਲਾਂ ਬਹੁਤ ਵੀਡੀਓਜ਼ ਕਿਸਾਨਾਂ ਦੀਆਂ ਵਾਇਰਲ ਹੋਈਆਂ, ਬਹੁਤ ਚਿਰ ਤੋਂ ਹੁੰਦੀਆਂ ਆਈਆਂ ਨਾ ਤਸ਼ੱਦਦ। ਤਾਂ ਪਿੱਪਲੀ ਵਿਖੇ ਇੱਕ ਵੱਡਾ ਕਿਸਾਨੀ ਸੰਘਰਸ਼ ਲੀਕਿਆ ਗਿਆ, ਉੱਥੋਂ ਇੱਕ ਬਜ਼ੁਰਗ ਦੀ ਵੀਡੀਓ ਵਾਇਰਲ ਹੋਈ, ਪੁਲਿਸ ਜਿਹਦੇ 'ਤੇ ਬੇਇਤਿਹਾ ਤਸ਼ੱਦਦ ਕਰ ਰਹੀ ਹੈ, ਉਹਦੇ ਸਿਰ 'ਤੇ ਟਾਂਕੇ ਲੱਗੇ ਆ, ਸਿਰ ਪਾੜਤਾ ਉਹਦਾ, ਲਾਠੀ ਵੱਜੀ। ਤਾਂ ਉਹ ਵੀਡੀਓ ਦੇਖ ਕੇ ਮਤਲਬ ਇੱਕ ਅੰਦਰੋਂ ਚੰਗਿਆਰੀ ਨਿਕਲੀ ਵੀ ਯਾਰ ਜੇ ਇਹ 85 ਸਾਲ ਦਾ ਬਜ਼ੁਰਗ ਖੇਤਾਂ ਦੀ ਲੜਾਈ ਲੜ ਸਕਦਾ ਤਾਂ ਸਾਨੂੰ ਤਾਂ ਮਹਾਰਾਜ ਨੇ ਸਭ ਕੁਝ ਸਹੀ ਸਲਾਮਤ ਦਿੱਤਾ, ਉਮਰਾਂ ਵੀ ਨੇ,
ਅਤੇ ਨੌਜਵਾਨ ਵੀ ਹਾਂ ਤਾਂ ਜਾਣਾ ਚਾਹੀਦਾ, ਕੁਛ ਨਹੀਂ ਪਤਾ ਕਿ ਲੋਕ ਕੀ ਕਹਿਣਗੇ ਕੀ ਨਹੀਂ ਕਹਿਣਗੇ। ਸੋ ਉਹ ਵੀਡੀਓ ਦੇਖ ਕੇ ਮੈਂ ਇੱਕਦਮ ਬਹੁਤ ਇਮੋਸ਼ਨਲ ਹੋਇਆ ਅਤੇ ਦੂਜੇ ਦਿਨ ਸਾਡੇ ਯੂਨੀਅਨ ਦਾ ਧਰਨਾ ਸੀ, ਮੈਂ ਉੱਥੇ ਜਾ ਵੜਿਆ ਅਤੇ ਤੀਜੇ ਦਿਨ ਅਖਬਾਰ 'ਚ ਖਬਰ ਲੱਗ ਗਈ ਕਿ ਜੱਸ ਬਾਜਵਾ ਕਾਂਗਰਸ ਦਾ ਬੰਦਾ ਹੈ ਅਤੇ ਇਹਨੇ ਹੁਣ ਕਾਂਗਰਸ ਤੋਂ ਗਾਂਹ ਆਪਦਾ ਸਿਸਟਮ ਅੱਗੇ ਕਰਨਾ। ਪਿੱਛੇ ਵੀ ਇਹ ਕਾਂਗਰਸ ਦਾ ਹੀ ਛੱਡਿਆ ਹੋਇਆ ਸੀ। ਸੂਬੇ ਦੀ ਸਰਕਾਰ ਨੇ ਵੀ ਕਈ ਇੱਦਾਂ ਦੇ ਪ੍ਰੋਪੋਗੰਡੇ ਕੀਤੇ, ਲੋਕਾਂ ਨੇ ਵੀ ਐਲੀਗੇਸ਼ਨ ਲਾਏ, ਪਰ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਉਹ ਸੇਵਾ ਲੈਣੀ ਸੀ ਕਿ ਕਿਸੇ ਚੀਜ਼ ਦੀ ਨਾ ਪਰਵਾਹ ਕੀਤੇ ਬਿਨਾਂ ਲਗਾਤਾਰ ਯੂਥ ਨਾਲ ਅਸੀਂ ਤਾਂ ਇੱਕ ਜ਼ਰੀਆ ਬਣੇ ਹਾਂ। ਅਸਲੀ ਤਾਂ ਕੰਮ ਯੂਥ ਨੇ ਪੰਜਾਬ ਦੇ ਨੇ ਕੀਤਾ, ਉਬਾਲਾ ਮਾਰਿਆ ਦੁਬਾਰੇ ਬਹੁਤ, ਕਿਉਂਕਿ ਯੂਥ ਨੂੰ ਐਡੇ ਵੱਡੇ ਤਰੀਕੇ ਨਾਲ ਦਤਕਾਰਿਆ ਗਿਆ, ਭੰਡਿਆ ਗਿਆ ਏਜੰਸੀਆਂ ਦੇ ਥਰੂ ਕਿ ਸਮੈਕੀਏ ਨੇ, ਬਲੈਕੀਏ ਨੇ, ਗਾਉਣੇ ਵਾਲਿਆਂ ਨੇ ਪੱਟ ਤੇ, ਲੱਚਰ ਹੋ ਗਏ, ਉਹਨਾਂ ਸਾਰਿਆਂ ਨੇ ਇੱਕ ਆਪਣਾ ਕਲੰਕ ਧੋਤਾ ਇਸ ਧਰਨੇ ਦੇ ਵਿੱਚ ਆ ਕੇ। ਸੋ ਉੱਥੋਂ ਸਾਰੇ ਪੰਜਾਬ ਦਾ ਯੂਥ, ਹਰਿਆਣੇ ਦਾ, ਯੂਪੀ ਦਾ, ਉੱਤਰਾਖੰਡ ਦਾ ਜਦੋਂ ਚੱਲੇ, ਉਹਨਾਂ ਦੀਆਂ ਮੈਨੂੰ ਲੱਗਦਾ ਕਿ ਸਟੇਟਮੈਂਟਾਂ ਨੇ ਸਾਡਾ ਰਾਹ ਬਹੁਤ ਪੱਧਰਾ ਕੀਤਾ। ਇੱਕ ਚੈਲੰਜ ਕਰ ਦੇਣਾ ਨਾ ਕਿਸੇ ਨੂੰ, ਅਸੀਂ ਤਾਂ ਸਾਡਾ ਤਾਂ ਇਤਿਹਾਸ ਰਿਹਾ, ਅਸੀਂ ਤਾਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਸਾਡੇ ਗੁਰੂਆਂ ਤੋਂ। ਜੇ ਅਸੀਂ ਗੱਲ ਕਰਦੇ ਆਈਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ, ਸਾਨੂੰ ਤਾਂ ਇਹੀ ਸਿਖਾਇਆ ਗਿਆ ਕਿ ਜਿੱਥੇ ਜ਼ੁਲਮ ਹੁੰਦਾ ਉਹਦੇ ਨਾਲ ਡਟ ਕੇ ਖੜ ਜਾਓ, ਮਹਾਰਾਜ ਤੁਹਾਡੇ ਨਾਲ ਸਹਾਈ ਹੈ। ਜਦੋਂ ਖੱਟੜ ਵਰਗਿਆਂ ਦਾ ਇੱਕ ਬਿਆਨ ਆ ਜਾਂਦਾ ਸੀ ਕਿ ਅੰਬਾਲਾ ਟੱਪ ਕੇ ਦਿਖਾ ਦੇਣ, ਫਿਰ ਦੇਖਾਂਗੇ, ਕੋਈ ਨਹੀਂ ਅੱਗੇ ਨਹੀਂ ਵਧਣ ਦਿੰਦੇ, ਤਾਂ ਉਹ ਸਾਨੂੰ ਚੀਜ਼ਾਂ ਬਲ ਦਿੰਦੀਆਂ ਸੀ ਵੀ ਸਾਨੂੰ ਇਹਨਾਂ ਨੇ ਕਿਹਾ ਕਿਵੇਂ ਅਤੇ ਅਸੀਂ ਹੁਣ ਕਰ ਕੀ ਦਿਖਾਵਾਂਗੇ। ਜਿਵੇਂ ਹੁਣ ਵਾਰ ਵਾਰ ਮੋਦੀ ਕਹੀ ਜਾਂਦਾ ਕਿ ਇੱਕ ਨੂੰ ਦੂਜਾ ਕਿਲਕੀ ਹੈ, ਖੇਤੀਬਾੜੀ ਮੰਤਰੀ ਤੋਮਰ, ਕਿ ਇਹ ਵਾਪਸ ਨਹੀਂ ਹੋਣਗੇ, ਇਹ ਚੀਜ਼ਾਂ ਸਾਨੂੰ ਬਲ ਦਿੰਦੀਆਂ ਨੇ। ਜਿੰਨਾ ਉਹ ਜ਼ਿਆਦਾ ਕਹਿਣਗੇ ਕਿ ਵਾਪਸ ਨਹੀਂ ਹੋਣਗੇ, ਉਨੇ ਅਸੀਂ ਹੋਰ ਤਕੜੇ ਹੋ ਕੇ ਲੜਾਈ ਲੜਾਂਗੇ। ਸੋ ਉਹਦੇ ਸੰਬੰਧ ਵਿੱਚ ਜਿੱਥੇ ਅੱਜ ਬਾਰਡਰਾਂ 'ਤੇ ਭਾਈਚਾਰਕ ਸਾਂਝ ਵਧੀ ਹੈ, ਮੈਂ ਇਹੀ ਜਾਣਨਾ ਚਾਹ ਰਿਹਾ ਕਿ ਯੂਪੀ ਪਹੁੰਚਣ ਦੀ ਕੋਈ ਖਾਸ ਵਜ੍ਹਾ? ਉਹੀ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਕਿ ਪੰਜਾਬ ਹਰਿਆਣਾ ਸਰਕਾਰਾਂ ਨੇ ਬੜੇ ਬਖੇੜੇ ਖੜੇ ਕੀਤੇ, ਬੜੇ ਮੁੱਦੇ ਸੀ, ਉਹ ਬਾਰਡਰਾਂ 'ਤੇ ਜਾ ਕੇ ਸਭ ਦੀਆਂ ਜੱਫੀਆਂ ਪੈ ਗਈਆਂ। ਇੱਕ ਦੂਜੇ ਦੇ ਟਰੈਕਟਰ ਟਰਾਲੀਆਂ 'ਚ ਲੰਗਰ ਚੱਲਦਾ, ਉੱਥੇ ਬੈਠੇ ਆ, ਇੱਕ ਦੂਜੇ ਤੋਂ ਚਾਹ ਪਾਣੀ ਪੀਂਦੇ ਆ, ਇੱਕ ਦੂਜੇ ਦਾ ਹੱਥ ਦਾ ਬਣਿਆ। ਉਵੇਂ ਜਿਹੜਾ ਸਾਡੇ ਇੱਥੇ ਯੂਪੀ ਅਤੇ ਉੱਤਰਾਖੰਡ ਵਾਲਾ ਤਬਕਾ, ਇੱਥੇ ਬਹੁਤ ਵੱਡੀ ਗਿਣਤੀ 'ਚ ਸਾਡਾ ਪੰਜਾਬੀ ਭਾਈਚਾਰਾ ਰਹਿੰਦਾ, ਅਤੇ ਸ਼ੁਰੂ ਤੋਂ ਇਹਨਾਂ ਨੇ ਜ਼ਮੀਨਾਂ ਨੂੰ ਆਬਾਦ ਕੀਤਾ, ਚਾਹੇ ਉਹ 47 ਦੇ ਵੇਲੇ ਤੋਂ ਆਏ ਹੋਏ ਆ, ਚਾਹੇ ਕਦੋਂ ਵੀ ਆਏ ਆ, ਇਹਨਾਂ ਨੇ ਮਿਹਨਤ ਮੁਸ਼ੱਕਤ ਨਾਲ ਇੱਥੇ ਪੰਜਾਬ ਦਾ, ਪੰਜਾਬੀਆਂ ਦਾ ਪਰਚਮ ਹੈ ਜਿਹੜਾ ਬਹੁਤ ਸਿਖਰ 'ਤੇ ਲੈ ਕੇ ਗਏ ਆ। ਅਤੇ ਇਹ ਜਿਹੜੀ ਕਮਿਊਨਿਟੀ ਹੈ, ਚਲੋ ਗੁਰੂਆਂ ਮਹਾਰਾਜ ਦੀ ਕਿਰਪਾ ਨਾਲ ਅਸੀਂ ਅੱਜ ਗੱਡੀ 'ਚ ਵੀ ਬੈਠੇ ਜਾ ਰਹੇ ਸੀ, ਜਦੋਂ ਨਿਸ਼ਾਨ ਸਾਹਿਬ ਦੇਖਦੇ ਹਾਂ ਤਾਂ ਸਾਡੇ ਗੁਰੂਆਂ ਦਾ ਇਹ ਨਿਸ਼ਾਨ ਆ, ਸਾਡਾ ਫਖਰ ਨਾਲ ਸਿਰ ਉੱਚਾ ਹੁੰਦਾ ਕਿ ਹਾਂ ਅਸੀਂ ਇਸ ਕੌਮ ਦੇ ਵਾਰਸ ਹਾਂ, ਸਾਨੂੰ ਸਾਡੇ ਹਿੱਸੇ ਆ ਇੱਥੇ। ਤਾਂ ਥਾਂ ਥਾਂ 'ਤੇ ਗੁਰੂ ਘਰ ਮਹਾਰਾਜ ਦੀ ਕਿਰਪਾ ਨਾਲ ਨੇ ਸੇਵਾ ਚੱਲ ਰਹੀ ਹੈ। ਲੰਗਰ ਬਾਬਾ ਜੀ ਦੀ ਗੱਲ ਕਰੀਏ, ਜਥੇਦਾਰ ਬਾਬਾ ਮੋਹਨ ਸਿੰਘ ਜੀ 8 ਮਹੀਨੇ ਤੋਂ ਲਗਾਤਾਰ ਗਾਜ਼ੀਪੁਰ ਬਾਰਡਰ 'ਤੇ ਸੇਵਾ, ਅਤੇ ਮੈਨੂੰ ਜੀਤੀ ਬਾਈ ਦੱਸਦਾ ਸੀ ਕਿ ਜਿੱਦਣ ਉਹ ਵਰਤਾਰਾ ਵਰਤਿਆ ਉੱਥੇ ਡਕੈਤ ਸਾਹਿਬ ਵਾਲਾ, ਉਦੋਂ ਪਹਿਲਾਂ ਜਦੋਂ ਮਿਲਟਰੀ ਜਾਂ ਪੁਲਿਸ ਆ ਕੇ ਉੱਥੇ ਉਹਨਾਂ ਨੇ ਆ ਕੇ ਇਹ ਗੱਲ ਕਹੀ ਕਿ ਹੁਣ ਤਾਂ ਪੱਟ ਕੇ ਲੈ ਜਾਓ, ਇਹ ਵੀਰ ਕਹਿੰਦਾ ਕਿ ਅਸੀਂ ਭਾਵਕ ਹੋ ਗਏ ਸਾਰੇ, ਕਿਉਂਕਿ ਇਮੋਸ਼ਨਲੀ ਹੈ, ਅਸੀਂ ਪੰਜਾਬੀ ਬਹੁਤ ਇਮੋਸ਼ਨਲੀ ਹਾਂ। ਅਤੇ ਮਹਾਰਾਜ ਨੇ ਐਡੀ ਕਿਰਪਾ ਕੀਤੀ ਕਿ ਕਹਿੰਦੇ ਵੀ ਕੁਛ ਵੀ ਨਹੀਂ ਹੁੰਦਾ, ਇਹ ਇੱਦਾਂ ਹੀ ਰਹੂਗਾ, ਇੱਥੇ ਸਭ ਕੁਛ ਬਣਿਆ ਤਣਿਆ, ਕੱਖ ਵੀ ਨਹੀਂ ਹੋਣਾ। ਅਤੇ ਫਿਰ ਦੇਖੋ ਕਿਵੇਂ ਦੁਨੀਆਂ ਦੇ ਵਿੱਚ ਗਾਜ਼ੀਪੁਰ ਬਾਰਡਰ ਦੀ ਚਰਚਾ ਹੋਈ, ਜਿਹਨੂੰ ਮਹਾਰਾਜ ਨੇ ਉਪਲਬਧੀਆਂ ਦੇਣੀਆਂ ਸੀ ਉਹ ਜ਼ਰੀਆ ਬਣਾਇਆ ਟਕੈਤ ਸਾਹਿਬ ਨੂੰ। ਦੁਨੀਆਂ ਰੋਂਦੀ ਹੈ ਬਾਈ ਜੀ, ਉੱਥੇ ਦੁਨੀਆਂ ਹੀ ਰੋਂਦੀ ਹੈ, ਇਹ ਵੀ ਰੋਂਦੇ ਸੀ, ਪਰ ਉਹ ਸਹਿਰਾ ਉਹਨਾਂ ਦੇ ਸਿਰ ਵੱਜਿਆ ਜਾਣਾ ਸੀਗਾ। ਟਕੈਤ ਸਾਹਿਬ ਦੇ ਹੰਝੂ ਗਿਰੇ ਅਤੇ ਉਹਨਾਂ ਨੇ ਐਸਾ ਹੜ ਲੈ ਕੇ ਆਉਂਦਾ ਕਿਸਾਨੀ ਦਾ, ਮੁੜ ਕੇ ਅੱਜ ਤੱਕ ਗੌਰਮੈਂਟ ਪਛਤਾ ਰਹੀ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਡਾ ਇਹੀ ਨੌਜਵਾਨਾਂ ਦੀ, ਇੱਕ ਤਾਂ ਬਹੁਤ ਵੀਰਾਂ ਦੀ ਸਾਡੇ ਪਰਿਵਾਰਕ ਇੱਥੇ ਰਿਲੇਸ਼ਨ ਵੀ ਬਹੁਤ ਨੇ, ਸਾਡੇ ਭਾਈ ਨੇ, ਉਹਨਾਂ ਦੀ ਇਹ ਸੀਗੀ ਕਿ ਇੱਕ ਅੱਧੀ ਵਾਰੀ ਜਿਵੇਂ ਪੰਜਾਬ 'ਚ ਆਰਟਿਸਟਾਂ ਨੇ ਆਰਟਿਸਟ ਫੈਕਟਰ ਚੱਲਿਆ ਇਸ ਧਰਨੇ ਦੇ ਵਿੱਚ, ਹਰਿਆਣੇ ਦੇ ਵਿੱਚ ਵੀ, ਸੋ ਇੱਥੇ ਕਦੇ ਇੱਦਾਂ ਦਾ ਸਵੱਬ ਨਹੀਂ ਬਣਿਆ। ਤਾਂ ਜਿਵੇਂ ਉੱਥੇ ਪਹਿਲ ਕੀਤੀ ਸੀ, ਮੈਨੂੰ ਲੱਗਿਆ ਵੀ ਮੈਂ ਇੱਧਰ ਵੀ ਹੁਣ ਪਹਿਲ ਕਰਾਂ, ਅੱਗੇ ਯੂਪੀ 'ਚ ਵੀ ਹੋ ਸਕਦਾ ਸਾਡੇ ਬਾਕੀ ਕਲਾਕਾਰ ਭਾਈ ਵੀ ਇੱਥੇ ਆਉਣ ਕਿ ਹਾਂ ਯਾਰ ਸਾਡੇ ਹੀ ਲੋਕ ਨੇ, ਅਸੀਂ ਇੱਕ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਾਡੇ ਭਾਈਚਾਰੇ ਦੇ ਗਾਇਕ ਵੀਰ ਇਹਨਾਂ ਸੂਬਿਆਂ ਦੇ ਵਿੱਚ ਆ ਕੇ ਕਿਸਾਨੀ ਨੂੰ ਪ੍ਰਫੁੱਲਿਤ ਕਰਨ ਲਈ, ਬਾਰਡਰਾਂ ਦੇ ਇਕੱਠ ਵਧਾਉਣ ਦੇ ਲਈ, ਮੈਨੂੰ ਲੱਗਦਾ ਕਿ ਕਿਸਾਨੀ ਮੀਟਿੰਗਾਂ ਜਾਂ ਧਰਨੇ ਰੱਖਣਗੇ। ਕਿ ਜਿਹੜੀ ਤੁਹਾਡੀ ਹੁਣ ਹਾਲੀ ਦੇ ਵਿੱਚ ਸਿੰਘੂ ਬਾਰਡਰ 'ਤੇ ਕਲਾਕਾਰਾਂ ਭਾਈਚਾਰਾ ਦੀ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ ਹੈ, ਕਿ ਉਹਦੇ ਵਿੱਚ ਵੀ ਇਹ ਮਤਾ ਜਾਂ ਕੋਈ ਇਹ ਗੱਲ ਵਿਚਾਰੀ ਗਈ ਹੈ ਕਿ ਕਿਸ ਤਰ੍ਹਾਂ ਅਸੀਂ ਬਾਹਰਲੀਆਂ ਸਟੇਟਾਂ ਦੇ ਵਿੱਚ, ਬਾਹਰਲੇ ਸੂਬਿਆਂ ਦੇ ਵਿੱਚ ਯੂਥ ਨੂੰ ਜਾਂ ਲੋਕਾਂ ਨੂੰ ਲਾਮਬੰਦ ਕਰਨਾ? ਹਾਂ, ਉਹਦੇ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਬਹੁਤ ਖੂਬਸੂਰਤ ਜਿਹੜੀ ਮੈਨੂੰ ਲੱਗੀ ਉਹ ਇਹ ਹੋਈ ਹੈ ਕਿ ਸੰਯੁਕਤ ਮੋਰਚੇ ਨੂੰ ਅਸੀਂ ਇਹ ਗੱਲ ਕਹੀ ਹੈ ਕਿ ਤੁਸੀਂ ਚਿੱਠੀਆਂ ਪਾਓ ਸਭ ਨੂੰ, ਕਿ ਕਈ ਵਾਰੀ ਨਾ ਲੋਕਾਂ ਨੂੰ ਬੁਲਾਉਣਾ ਪੈਂਦਾ, ਕਈ ਵਾਰੀ ਸਾਡਾ ਜਿਹੜਾ ਸੁਭਾਅ ਹੈ, ਕਈ ਵਾਰੀ ਅੜਬੁੰਦਾ ਅਗਲਾ ਕਹਿੰਦਾ ਤੈਂ ਮੈਨੂੰ ਸੱਦਿਆ ਤਾਂ ਹੈ ਨਹੀਂ, ਮੈਂ ਤੇਰੇ ਵਿਆਹ 'ਤੇ ਕਿਵੇਂ ਆਵਾਂ, ਇਹ ਸਾਡੀ ਕੌਮ ਹੀ ਇਹੋ ਜਿਹੀ ਆ।
ਤਾਂ ਅਸੀਂ ਇੱਕ ਇਹ ਸਲਾਹ ਬਣਾਈ ਹੈ ਕਿ ਤੁਸੀਂ ਆਪਦੇ ਵੱਲੋਂ ਚਿੱਠੀਆਂ ਪਾਓ ਸਭ ਨੂੰ ਜਿਹੜੇ ਪੰਜਾਬੀ ਹੋਣ ਦਾ ਦਾਅਵਾ ਕਰਦੇ ਆ ਅਤੇ ਪੰਜਾਬੀ ਛੱਡੋ ਕਿਸਾਨ ਹੋਣ ਦਾ ਦਾਅਵਾ ਕਰਦੇ ਆ, ਪੰਜਾਬੀ ਨੌਨ ਪੰਜਾਬੀ ਇਹ ਨਹੀਂ ਅੱਜ ਹੈਗਾ, ਕਿਸਾਨ ਹੋਣ ਦਾ ਜਿਹੜੇ ਬੰਦੇ ਦਾਅਵਾ ਕਰਦੇ ਆ ਤੁਸੀਂ ਉਹਨਾਂ ਨੂੰ ਚਿੱਠੀਆਂ ਪਾ ਕੇ ਬੁਲਾਓ ਆਪਣੇ ਕੋਲ, ਕੋਈ ਆਵੇ ਨਾ ਆਵੇ ਉਹ ਉਹਨਾਂ ਦੀ ਮਰਜ਼ੀ, ਪਰ ਅਸੀਂ ਇੱਕ ਵਾਰੀ ਸਭ ਨੂੰ ਸਾਂਝਾ ਸੱਦਾ ਦੇਵਾਂਗੇ ਕਿ ਇੱਕ ਇੱਕ ਦਿਨ ਲਈ, ਜਿਵੇਂ ਸਪੋਜ਼ ਕਰੋ ਕਿ ਕਵੀ ਵੀਰ ਨੇ ਜਿਹੜੇ ਲੇਖਕ ਨੇ ਉਹਨਾਂ ਨੇ ਤਕਦੀਰਾਂ ਉਹਨਾਂ ਨੇ ਇਤਿਹਾਸ ਲਿਖਣਾ ਹੁੰਦਾ ਕੌਮਾਂ ਦਾ, ਕਿ ਇੱਕ ਦਿਨ ਅਸੀਂ ਉਹਨਾਂ ਨੂੰ ਬੁਲਾਈਏ ਕਿ ਤੁਸੀਂ ਆਓ ਅਤੇ ਆ ਕੇ ਲੋਕਾਂ ਨੂੰ ਆਪਦੀ ਕਵਿਤਾ ਰਾਹੀਂ ਵੀ ਅਤੇ ਆਉਣ ਵਾਲੇ ਦਿਨਾਂ ਦੇ ਨੁਕਤੇ ਦੱਸੋ ਕਿ ਅਸੀਂ ਇਹ ਸੰਘਰਸ਼ ਕਿਵੇਂ ਜਿੱਤ ਸਕਦੇ ਹਾਂ। ਇੱਕ ਦਿਨ ਤੁਸੀਂ ਭਲਵਾਨਾਂ ਨੂੰ ਪਲੇਅਰਾਂ ਨੂੰ ਬੁਲਾਓ ਕਿ ਜਿੱਥੋਂ ਯੂਥ ਨੂੰ ਇੱਕ ਚੰਗਾ ਮੈਸੇਜ ਜਾਵੇ ਯਾਰ ਵੀ ਪਲੇਅਰ ਯੂਥ ਉੱਥੇ ਪਲੇਅਰ ਜਾ ਰਹੇ ਆ, ਭਲਵਾਨ ਜਾ ਰਹੇ ਆ ਤਾਂ ਸਾਨੂੰ ਵੀ ਜਾਣਾ ਚਾਹੀਦਾ। ਇੱਕ ਦਿਨ ਤੁਸੀਂ ਜੱਜਾਂ ਨੂੰ ਬੁਲਾਓ ਕਿ ਤੁਸੀਂ ਦੱਸੋ ਤੁਸੀਂ ਸਰਕਾਰ ਦੇ ਨਾਲ ਕੰਮ ਕਰਦੇ ਹੋ, ਸਾਡੀ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਆ। ਇੱਦਾਂ ਦੇ ਅਸੀਂ ਉਹਨਾਂ ਉੱਥੇ ਕੁਛ ਮਤੇ ਪਾਸ ਹੋਇਆ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਮੀਡੀਏ ਨੇ ਬਹੁਤ, ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਿੱਥੇ ਨੈਸ਼ਨਲ ਮੀਡੀਏ ਨੇ ਸਾਨੂੰ ਬਿਲਕੁਲ ਭੰਡਿਆ, ਰੱਜ ਕੇ ਭੰਡਿਆ, ਗੌਰਮੈਂਟ ਦੇ ਪੈਰਾਂ 'ਚ ਪੈਰ ਧਰ ਕੇ ਭੰਡਿਆ, ਨਹੀਂ ਸਾਡੀ ਇੱਕ ਵੀ ਖਬਰ ਲਾਈ ਉੱਥੇ, ਤੁਸੀਂ ਤਨਦੇਹੀ ਨਾਲ ਇਹ ਸੇਵਾ ਕੀਤੀ, ਇਹ ਤੁਹਾਡੇ ਤੋਂ ਵੀ ਮਹਾਰਾਜ ਨੇ ਲਈ। ਪਰ ਜਿਹੜੇ ਆਰਟਿਸਟ ਨੇ ਉਹਨਾਂ ਦਾ ਦਾਇਰਾ ਕਾਫੀ ਵੱਡਾ ਹੁੰਦਾ, ਦੁਨੀਆ 'ਚ ਜਿੱਥੇ ਵੀ ਭਾਈਚਾਰਾ ਬੈਠਾ ਜਾਂ ਹੋਰ ਲੋਕ ਵੀ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਆ ਬੈਠੇ ਆ, ਉਹਨਾਂ ਨੂੰ ਦੇਖਦੇ ਆ ਕਿ ਸਾਡੇ ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਯੂਥ ਬਹੁਤ ਵੱਡੀ ਗਿਣਤੀ 'ਚ ਸੋਸ਼ਲ ਮੀਡੀਆ 'ਤੇ ਆ, ਕਿ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ 'ਤੇ ਆ ਕੇ ਕਿਸਾਨੀ ਆਗੂ ਸਾਡੇ ਨਾਲ ਵਿਚਾਰ ਚਰਚਾ ਕਰਨ ਕਿ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਅਸੀਂ ਕਿਹੜੀਆਂ ਲੀਹਾਂ ਅਤੇ ਕਿਹੜੀਆਂ ਪੈੜਾਂ 'ਤੇ ਲੈ ਕੇ ਜਾਣਾ, ਅਤੇ ਯੂਥ ਨੂੰ ਲੱਗੇ ਕਿ ਹਾਂ ਸਾਨੂੰ ਇਹਨਾਂ ਦੇ ਨਾਲ ਜੁੜਨਾ ਚਾਹੀਦਾ। ਮੋਰਚੇ ਇੱਦਾਂ ਦੀਆਂ ਕੁਛ ਰਣਨੀਤੀਆਂ ਉੱਥੇ ਬਣਾਈਆਂ ਗਈਆਂ ਅਤੇ ਕਿਵੇਂ ਵੱਧ ਤੋਂ ਵੱਧ ਦੁਬਾਰੇ ਇਕੱਠ ਦਾ ਤਾਂ ਮਸਲਾ ਦੇਖੋ ਇਹ ਹੈ ਕਿ ਪੱਟ ਤਾਂ ਉਹ ਸਾਨੂੰ ਸਕਦੇ ਨਹੀਂ ਉੱਥੋਂ, ਲੋਕ ਹੁਣ ਪਿੱਛੇ ਫਸਲ ਸੀਗੀ ਉਹ 'ਚ ਵੀ ਬਿਜ਼ੀ ਰਹੇ ਆ, ਹੁਣ ਦੁਬਾਰੇ ਵਾਢੀ ਤੋਂ ਪਹਿਲਾਂ ਵੱਡੀ ਗਿਣਤੀ 'ਚ ਜਿਹੜੇ ਕਾਫਲੇ ਆ ਦੁਬਾਰੇ ਬਾਰਡਰਾਂ 'ਤੇ ਬਹੁਤ ਵੱਧ ਜਾਣੇ ਨੇ, ਕੁਛ ਇੱਦਾਂ ਦੀਆਂ ਚਰਚਾਵਾਂ ਉੱਥੇ ਹੋਈਆਂ। ਅਤੇ ਉੱਤਰਾਖੰਡ ਆਉਣ ਦਾ ਮੌਕਾ ਮਿਲਿਆ ਬਾਈ ਜੀ ਉਹਨਾਂ ਨੇ, ਇੱਥੇ ਕਿਸਾਨੀ ਦੇ ਤਕਰੀਬਨ ਇਹ ਸਾਡਾ 10ਵਾਂ 11ਵਾਂ ਪ੍ਰੋਗਰਾਮ ਹੈ, ਬਹੁਤ ਲੋਕਾਂ 'ਚ ਭਾਰੀ ਉਤਸ਼ਾਹ ਹੈ ਅਤੇ ਕਿਸਾਨੀ ਦੇ ਨਾਲ ਸਾਰੇ ਜੁੜੇ ਹੋਏ ਆ, ਸਾਰੀ ਬਾਰਡਰਾਂ ਵੱਲੋਂ ਜਾ ਰਹੇ ਆ। ਜੇ ਇਸ ਤੋਂ ਇਲਾਵਾ ਮੈਂ ਗੱਲ ਕਰਾਂ ਉੱਤਰ ਪ੍ਰਦੇਸ਼ ਦੀ ਜਾਂ ਪੰਜਾਬ ਦੇ ਵਿੱਚ ਵੀ ਬੜੀ ਜਲਦ ਚੋਣਾਂ ਹੋਣ ਜਾ ਰਹੀਆਂ ਨੇ, ਲੱਗਦਾ ਕਿ ਕਿਸਾਨੀ ਅੰਦੋਲਨ ਉਹ ਜਿਹੜਾ ਉਹ ਕਿਸਮਤ ਤੈਅ ਕਰੂਗਾ, ਉਹ ਕਿਸੇ ਦੀ ਵੀ ਹੋ ਸਕਦੀ ਹੈ, ਕਿਸੇ ਵੀ ਪਾਰਟੀ ਦੀ ਜਾਂ ਬੀਜੇਪੀ ਦਾ। ਤਾਂ ਚਲੋ ਕਿਸਾਨ ਜਥੇਬੰਦੀਆਂ ਕਹੀ ਰਹੀਆਂ ਨੇ ਕਿ ਅਸੀਂ ਵਿਰੋਧ ਕਰਦੇ ਹਾਂ, ਜਾਂ ਲੱਗਦਾ ਕਿ ਇਹ ਫੈਕਟਰ ਕੰਮ ਕਰੂਗਾ ਕਿਤੇ ਨਾ ਕਿਤੇ, ਜਾਂ ਕੀ ਸਮਝਦੇ ਹੋ ਕਿ ਕਿਸਾਨ ਜਥੇਬੰਦੀਆਂ ਨੂੰ ਕਿਸ ਤਰ੍ਹਾਂ ਅਗਲੀ ਇਲੈਕਸ਼ਨ ਦੇ ਵਿੱਚ ਕੋਈ ਪਾਰਟੀ ਬਣਾ ਕੇ ਜਾਂ ਫਿਰ ਕਿਸ ਤਰ੍ਹਾਂ ਆਪਣੀ ਸ਼ਮੂਲੀਅਤ ਦੇਣੀ ਚਾਹੀਦੀ ਹੈ? ਦੇਖੋ ਚੋਣਾਂ ਇਹਦੇ ਵਿੱਚ ਆ ਗਈਆਂ, ਸਾਡਾ ਤਾਂ ਅੰਦੋਲਨ ਚੱਲ ਰਿਹਾ ਸੀ, ਚੋਣਾਂ ਵਿੱਚ ਆ ਗਈਆਂ, ਕੋਈ ਸਾਡਾ ਚੋਣਾਂ ਨੂੰ ਲੈ ਕੇ ਏਜੰਡਾ ਨਹੀਂ ਸੀ ਕਿ ਅਸੀਂ ਚੋਣਾਂ ਦੇ ਨੇੜੇ ਜਾ ਕੇ ਸੰਘਰਸ਼ ਕਰਾਂਗੇ, ਗੌਰਮੈਂਟ ਦੇ ਕਾਨੂੰਨ ਸੀ, ਅਸੀਂ ਉਹਨਾਂ ਦਾ ਵਿਰੋਧ ਕੀਤਾ। ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਕਿ ਜਿਹੜੀ ਸਿਆਸਤ ਹੈ ਅੱਜ ਦੀ ਨੌਜਵਾਨੀ, ਸਿਆਸਤਦਾਨਾਂ ਨੇ ਸਿਆਸਤ ਐਸੀ ਬਣਾਤੀ ਕਿ ਅੱਜ ਜੇ ਅਸੀਂ ਸਿਆਸਤ ਦੀ ਗੱਲ ਵੀ ਕਰਦੇ ਹਾਂ ਸਾਨੂੰ ਡਰ ਲੱਗਣ ਲੱਗ ਜਾਂਦਾ ਕਿ ਯਾਰ ਇਹ ਰਾਜਨੀਤਿਕ ਬੰਦਾ। ਅਤੇ ਰਾਜਨੀਤਿਕ ਹੋਣਾ ਕੋਈ ਗਲਤ ਗੱਲ ਨਹੀਂ, ਆਮ ਬੰਦੇ ਨੂੰ ਵੀ ਰਾਜਨੀਤਿਕ ਹੋਣਾ ਚਾਹੀਦਾ, ਰਾਜਨੀਤੀ ਦੀ ਸੋਝੀ ਰੱਖਣੀ ਚਾਹੀਦੀ ਹੈ। ਜੇ ਅਸੀਂ ਰਾਜਨੀਤਿਕ ਨਹੀਂ ਹਾਂ ਤਾਂ ਹੀ ਇਹ ਜਿਹੜੇ ਬਖੇੜੇ ਆ ਖੜ੍ਹੇ ਹੋਏ ਆ, ਅਸੀਂ ਆਮ ਜ਼ਿੰਦਗੀ ਵਿੱਚ ਰਾਜਨੀਤੀ ਸ਼ੁਰੂ ਕਿੱਥੋਂ ਦੀ ਹੈ ਸਾਡੇ ਤੋਂ? ਇਹ ਉਹਨਾਂ ਲੋਕਾਂ ਨੇ ਇਹਨੂੰ ਇੰਨਾ ਮਾੜਾ ਕੀਤਾ ਜਿਹਨਾਂ ਨੂੰ ਡਰ ਲੱਗਦਾ ਕਿ ਕੋਈ ਆਮ ਬੰਦਾ ਉੱਠ ਕੇ ਨਾ ਇਹਦੇ 'ਚ ਆ ਜਾਵੇ। ਅੱਜ ਜਿਹੜੀ ਇੱਕ ਧਾਰਨਾ ਬਣੀ ਹੋਈ ਹੈ ਪਿਛਲੇ 70-72 ਸਾਲਾਂ ਤੋਂ ਕਿ ਰਾਜ ਕੋਈ ਵੀ ਬੰਦਾ ਆ ਕੇ ਆਪਣੀ ਕੌਮ ਨੂੰ ਕਿਸੇ ਸੰਘਰਸ਼ ਨੂੰ ਸੰਬੋਧਨ ਕਰ ਰਿਹਾ ਇਹ ਤਾਂ ਰਾਜਨੀਤਿਕ ਹੈ, ਇਹ ਤਾਂ ਸਿਆਸੀ ਹੈ, ਉਹਨਾਂ ਲੋਕਾਂ ਨੇ ਰਾਜਨੀਤੀ ਗੰਧਲੀ ਐਡੀ ਕਰਤੀ ਕਿ ਅੱਜ ਸਾਫ਼ ਲੋਕਾਂ ਤੋਂ ਵੀ ਲੋਕਾਂ ਨੂੰ ਡਰ ਲੱਗਣ ਲੱਗ ਗਿਆ। ਆਪਾਂ ਗੁਰੂ ਘਰੇ ਬੈਠੇ ਹਾਂ, ਮਾਫ਼ ਕਰਨਾ ਮੈਨੂੰ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ, ਪਰ ਰਾਜਨੀਤੀ ਦਾ ਮਤਲਬ ਅੱਜ ਇੱਕ ਗਾਲ ਬਣਾ ਕੇ ਰੱਖਤਾ, ਲੋਕਾਂ ਨੂੰ ਲੱਗਦਾ ਕਿ ਯਾਰ ਇਹ ਨਿਹਾਇਤੀ ਗੰਦੇ ਲੋਕ ਨੇ, ਇਹਨਾਂ ਨੇ ਸਾਨੂੰ ਲੁੱਟਿਆ ਵੀ ਹੈ, ਸਾਨੂੰ ਕੁੱਟਿਆ ਵੀ ਹੈ, ਸਾਨੂੰ ਮਾਰਿਆ ਵੀ ਹੈ, ਸਾਨੂੰ ਉਜਾੜਿਆ ਵੀ ਹੈ। ਪਰ ਇਹ ਧਾਰਨਾ, ਇਹ ਪ੍ਰੋਬਲਮ ਰਾਜਨੀਤੀ ਦੇ ਵਿੱਚ ਹੈ ਕਿਉਂਕਿ ਅਸੀਂ ਇੱਕ ਲੋਕਤੰਤਰ ਦੇਸ਼ 'ਚ ਰਹਿੰਦੇ ਹਾਂ, ਆਜ਼ਾਦ ਦੇਸ਼ 'ਚ ਰਹਿੰਦੇ ਹਾਂ, ਡੈਮੋਕ੍ਰੇਟਿਕ ਢਾਂਚਾ, ਵੋਟਾਂ ਨਾਲ ਅਸੀਂ ਆਪਣਾ ਆਗੂ ਚੁਣਦੇ ਹਾਂ। ਹੁਣ ਜਦੋਂ ਵੋਟਾਂ ਦੀ ਵਾਰੀ ਆਊਗੀ ਤਾਂ ਸਾਡੇ ਕੋਲ ਉਹੀ ਨੇ ਜਿਨ੍ਹਾਂ ਨੇ ਸਾਨੂੰ ਲੁੱਟਿਆ ਵੀ ਹੈ, ਸਾਨੂੰ ਕੁੱਟਿਆ ਵੀ ਹੈ, ਸਾਡੇ ਕੋਲ ਨਵਾਂ ਢਾਂਚਾ ਨਹੀਂ ਹੈਗਾ। ਮੈਂ ਪਰਸਨਲ ਤੌਰ 'ਤੇ ਇਹ ਇੱਕ ਮੇਰੀ ਸੋਚ ਹੈ ਕਿ ਸਾਡਾ ਜਿਹੜਾ ਪਹਿਲਾ ਧਿਆਨ ਹੈ ਉਹ ਅੰਦੋਲਨ 'ਤੇ ਹੋਣਾ ਚਾਹੀਦਾ, ਅਸੀਂ ਇਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ, ਅਤੇ ਉਹ ਹੋਣਗੇ ਵੀ ਮਹਾਰਾਜ ਦੀ ਕਿਰਪਾ ਨਾਲ, ਐਲਾਨ ਹੋਣਾ ਬਾਕੀ ਹੈ। ਉਦੋਂ ਬਾਅਦ ਜਿਹੜੇ ਸਾਡੇ ਵੀਰ ਇਸ ਅੰਦੋਲਨ 'ਚ ਅੱਗੇ ਆਏ ਆ, ਚਾਹੇ ਨੌਜਵਾਨ ਵੀਰ ਨੇ ਜਿੰਨੇ ਵੀ ਮਿਹਨਤ ਕੀਤੀ ਹੈ, ਜਿਨ੍ਹਾਂ ਨੇ ਦਿਨ ਭਰ ਰਾਤ ਇੱਕ ਕੀਤਾ, ਉਹਨਾਂ ਨੂੰ ਆਪਣੇ ਆਪਣੇ ਹਲਕੇ ਦੇ ਵਿੱਚ ਸਿਆਸਤ ਦਾ ਕੀ ਮਤਲਬ ਹੁੰਦਾ, MLA ਤਾਂ ਇੱਕ ਨੇ ਬਣਦਾ ਹੁੰਦਾ ਨਾ, ਰਾਜਨੀਤਿਕ ਸਭ ਨੂੰ ਹੋਣਾ ਚਾਹੀਦਾ, ਕੁਛ ਜਥੇਬੰਦੀਆਂ ਕੁਛ ਸੰਗਠਨ ਇੱਦਾਂ ਦੇ ਬਣਾਉਣੇ ਚਾਹੀਦੇ ਹੈ। ਅੱਜ ਇਸ ਕਿਸਾਨੀ ਸੰਘਰਸ਼ ਦਾ ਜਿਹੜਾ ਐਡਾ ਵੱਡਾ ਅਸਰ ਹੋਇਆ, ਤੁਸੀਂ ਦੇਖੋ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਡਰ ਲੱਗਦਾ, ਕਿੱਥੇ ਅਸੀਂ ਉਹਨਾਂ ਦੇ ਮੂਹਰੇ ਬਦਾਮ ਰੱਖਦੇ ਹੁੰਦੇ ਸੀ ਵੀ ਆਓ ਜੀ, ਕਦੇ ਬਦਾਮ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਨਹੀਂ ਖਿਲਾਏ ਹੈਗੇ ਪਰ ਲੀਡਰ ਨੂੰ ਖਿਲਾਉਂਦੇ ਸੀ ਜਿਹਨੇ
ਫੋਟੋਆਂ ਖਿਚਾਉਂਦੇ ਹੁੰਦੇ ਸੀ। ਅੱਜ ਉਹਨਾਂ ਲੀਡਰਾਂ ਨੂੰ ਹੀ ਪਿੰਡਾਂ ਦੇ ਵਿੱਚ ਵੜਨ ਤੋਂ ਡਰ ਲੱਗ ਰਿਹਾ, ਇਹ ਸਾਡੇ ਧਰਨੇ ਦਾ ਅਸਰ ਹੈ। ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਇੱਕ ਹਾਂ, ਸਾਡੇ 'ਚ ਤਾਕਤ ਹੈ ਅਤੇ ਲੀਡਰ ਅੱਜ ਡਰਦੇ ਆ। ਅਤੇ ਇਹ ਜਿਹੜੇ ਨੌਜਵਾਨ ਵੀਰ ਲਗਾਤਾਰ ਅੱਗੇ ਡਟੇ ਹੋਏ ਆ, ਇਹਨਾਂ ਨੂੰ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੀਆਂ ਆਪਣੀਆਂ ਕੁਛ ਐਸੀਆਂ ਸੰਗਠਨ ਜਥੇਬੰਦੀਆਂ ਬਣਾਉਣੀਆਂ ਚਾਹੀਦੀਆਂ ਨੇ ਜਿਹੜੀਆਂ ਨੇਤਾਵਾਂ ਨੂੰ ਸਵਾਲ ਪੁੱਛ ਸਕਣ, ਤਾਂ ਜੋ ਇੱਕ ਇੱਕ ਪ੍ਰੈਸ਼ਰ ਗਰੁੱਪ ਬਣਾਉਣਾ ਚਾਹੀਦਾ ਜਿਹੜਾ ਉਹਨਾਂ 'ਤੇ ਹਰ ਟਾਈਮ ਹਾਵੀ ਰਹੇ। ਅੱਗੇ ਤਾਂ ਦੇਖੋ ਇੱਕ ਨਹੀਂ ਆਉਣਾ, ਉਹ ਵੀ ਕਿਸਾਨਾਂ ਦੇ ਵਿੱਚੋਂ ਹੀ ਆਉਣਾ ਚਾਹੀਦਾ, ਪਰ ਪਹਿਲਾਂ ਸਾਡਾ ਇਹ ਮਸਲਾ ਤਿੰਨ ਕਾਲੇ ਕਾਨੂੰਨ ਵਾਪਸ ਲਵੇ ਗੌਰਮੈਂਟ, MSP ਦੇਵੇ ਸਾਨੂੰ ਗਰੰਟਡ, ਉਦੋਂ ਬਾਅਦ 'ਚ ਪੰਜਾਬ ਦੇ ਹਿੱਤ ਲਈ, ਕਿਸਾਨੀ ਦੇ ਹਿੱਤ ਲਈ, ਸਮਾਜ ਦੇ ਹਿੱਤ ਲਈ ਜਿਹੜੇ ਵੀ ਲੋਕ ਅੱਗੇ ਆਉਣਗੇ, ਮੈਂ ਚਾਹੁੰਦਾ ਇਸ ਸੰਘਰਸ਼ ਦੇ ਵਿੱਚ ਹਰ ਇੱਕ ਸੂਬੇ 'ਚੋਂ ਬਹੁਤ ਚੰਗੇ ਲੋਕ ਅੱਗੇ ਆਏ ਆ ਅਤੇ ਇਹ ਅੱਗੇ ਆ ਕੇ ਸਿਆਸਤ ਦੇ ਵਿੱਚ ਆਉਣ। ਮੈਨੂੰ ਇਹ ਲੱਗਦਾ ਕਿ ਜੇ ਚੋਣਾਂ ਦੀ ਗੱਲ ਕਰੀਏ ਜਾਂ ਇਲੈਕਸ਼ਨ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੀਆਂ ਸੋਚਾਂ ਕੰਮ ਕਰ ਰਹੀਆਂ ਨੇ ਇਸ ਵਕਤ, ਚਾਹੇ ਉਹ ਜਥੇਬੰਦੀ ਤੌਰ 'ਤੇ ਵੀ ਗੱਲ ਕਰ ਲਈਏ, ਆਗੂਆਂ ਦੀ ਵੀ ਦੇਖ ਲਈਏ, ਜਾਂ ਫਿਰ ਆਮ ਜਨਤਾ ਦੇ ਵਿੱਚ ਵੀ ਦੇਖ ਲਈਏ। ਕਈ ਇਹ ਚਾਹੁੰਦੇ ਨੇ ਕਿ ਕਿਸਾਨ ਆਪਣੀ ਕੋਈ ਪਾਰਟੀ ਬਣਾ ਕੇ ਇਲੈਕਸ਼ਨ ਲੜਨ, ਅਤੇ ਕਈ ਕਹਿੰਦੇ ਨੇ ਕਿ ਇਸ ਤੋਂ ਬਿਲਕੁਲ ਦੂਰ ਰਹਿਣ। ਮੈਂ ਇਹ ਜਾਣਨਾ ਚਾਹੁੰਦਾ ਤੁਸੀਂ, ਤੁਹਾਨੂੰ ਕੀ ਲੱਗਦਾ? ਦੇਖੋ ਜੇ ਅਸੀਂ ਅੱਜ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਸਾਡੇ ਵਿਰੋਧੀ ਹੈ ਉਹਨਾਂ ਦੇ ਬੜੇ ਰਾਹ ਬਿਨਾਂ ਕੁਛ ਕੀਤੇ ਤੋਂ ਪੱਧਰੇ ਹੁੰਦੇ ਆ ਕਿ 5 ਸਾਲ ਬਾਅਦ ਫਿਰ ਮੌਕਾ ਮਿਲੂਗਾ, ਹੁਣ ਗੱਲ ਪੱਕੀ ਵੀ ਹੋਈ ਹੈ ਅਤੇ ਹੁਣ ਦੇਖ ਲੈਣਾ ਚਾਹੀਦਾ। ਨਹੀਂ ਨਹੀਂ 5 ਸਾਲ ਦਾ ਤਾਂ ਮੁੱਦਾ ਹੀ ਨਾ, ਗੱਲ ਤਾਂ ਜਾਗ੍ਰਿਤੀ ਦੀ ਸੀ, ਇਹ ਜਾਗ ਹੁਣ ਲੱਗਿਆ, ਲੋਕ ਜਾਗੇ ਹੈ, ਸ਼ੁਰੂ ਹੋ ਗਏ। ਪਿਛਲੇ 70 ਸਾਲ ਤੋਂ ਤਾਂ ਅਸੀਂ ਸ਼ੁਰੂ ਹੀ ਨਹੀਂ ਹੋਏ ਸੀ, ਐਡਾ ਵੱਡਾ ਅੰਦੋਲਨ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ ਹੋਇਆ, ਇਹਨੇ ਬਦਲਾਅ ਤਾਂ ਲੈ ਕੇ ਆਉਣਾ। ਮੁੱਦਾ ਇਹ ਹੈ ਕਿ ਗੌਰਮੈਂਟ ਜਦੋਂ ਇਹ ਕਾਨੂੰਨ ਵਾਪਸ ਲਊਗੀ, ਠੀਕ ਹੈ ਮੰਨ ਲੈਂਦੇ ਹਾਂ ਕਿ 5 ਸਾਲ ਉਦੋਂ ਅੱਗੇ ਲੋਕ ਸਭਾ ਵੀ ਆਉਣੀ ਹੈ ਨਾ 2024 ਦੇ ਵਿੱਚ, ਉਦੋਂ ਵੀ ਕਿਸਾਨਾਂ 'ਤੇ ਵੋਟਾਂ ਪੈਣੀਆਂ ਨੇ। ਗੱਲ ਇਹ ਨਹੀਂ ਕਿ 5 ਸਾਲ, ਜਦੋਂ ਇਹ ਸਾਡਾ ਮਸਲਾ ਹੱਲ ਹੁੰਦਾ, ਜਿਹੜੀ ਵੀ ਸਰਕਾਰ ਮੰਨ ਲਓ ਕਿ ਇਹ ਸਰਕਾਰ ਬਣਨ ਤੋਂ ਪਹਿਲਾਂ 2022 ਤੋਂ ਪਹਿਲਾਂ ਸਾਡਾ ਮਸਲਾ ਹੱਲ ਨਹੀਂ ਹੁੰਦਾ, ਅਸੀਂ ਸਰਕਾਰ ਦੇ ਵਿੱਚ ਨਹੀਂ ਜਾ ਸਕਦੇ, ਸਾਡਾ ਸਰਕਾਰ ਦੇ ਵਿੱਚ ਜਾਣਾ ਮਤਲਬ ਨਹੀਂ ਹੈਗਾ। ਸਾਡਾ ਇਹ ਹੈ ਕਿ ਅਸੀਂ ਕੁਛ ਐਸੇ ਪ੍ਰੈਸ਼ਰ ਗਰੁੱਪ ਬਣਾਈਏ, ਜਥੇਬੰਦੀਆਂ ਬਣਾਈਏ ਕਿ ਸਾਡੇ ਹਲਕੇ ਦਾ ਸਪੋਜ਼ ਕਰੋ ਕਿ ਇੱਕ MLA ਆ ਕੇ ਲੱਗ ਗਿਆ ਕਿਸੇ ਵੀ ਪਾਰਟੀ ਦਾ, ਉਹ ਵਾਅਦੇ ਕਰਦਾ, ਅਸੀਂ ਉਹਦੇ ਵਾਅਦੇ ਸੁਣਾਂਗੇ, ਠੀਕ ਹੈ ਉਹਨੂੰ ਵੋਟਾਂ ਵੀ ਪਾਵਾਂਗੇ, ਜਿਤਾਵਾਂਗੇ ਵੀ, ਪਰ ਉਹਨੂੰ ਇੱਕ ਟਾਈਮ ਦੇ ਦਾਂਗੇ ਕਿ ਤੂੰ ਕੰਮ ਕਿੰਨੇ ਚਿਰ 'ਚ ਕਰੇਂਗਾ। ਜੇ ਉਹ ਕੰਮ ਨਹੀਂ ਕਰਦਾ ਅਸੀਂ ਉਹਦੇ ਘਰ ਦੇ ਬਾਹਰ ਜਾ ਕੇ 1000-2000 ਬੰਦਾ ਬਿਠਾ ਕੇ ਧਰਨਾ ਲਾਈਏ ਵੀ ਜਾਂ ਤਾਂ ਅਸਤੀਫਾ ਦੇ, ਜਾਂ ਇਹ ਸਾਡੀਆਂ ਸ਼ਰਤਾਂ ਜਿਹੜੀਆਂ ਤੂੰ ਕਹਿ ਕੇ MLA ਬਣਿਆ ਉਹਨਾਂ ਨੂੰ ਪੂਰੀਆਂ ਕਰ। ਸਾਨੂੰ ਕੁਛ ਐਸੇ ਗਰੁੱਪ ਚਾਹੀਦੇ ਆ, ਇਹ ਵੀ ਇੱਕ ਰਾਜਨੀਤੀ ਦਾ ਹਿੱਸਾ ਹੀ ਹੈ। ਪਹਿਲਾਂ ਜਦੋਂ ਗੱਲ ਕਰੀਏ, ਜੇ ਹੁਣ ਮੈਂ ਪਿੱਛੇ ਜਾਵਾਂ ਕਿ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਤੋਂ ਸਾਰੇ ਫੈਸਲੇ ਅਕਾਲੀ ਫੂਲਾ ਸਿੰਘ ਦੇ, ਇਤਿਹਾਸ 'ਚ ਜਾਈਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਤਾਂ ਉਹ ਸੇਧਾਂ ਅਤੇ ਆਦੇਸ਼ ਕਿੱਥੋਂ ਲੈਂਦੇ ਸੀ? ਅਕਾਲ ਤਖ਼ਤ ਤੋਂ। ਉਹ ਸੋ ਸਾਡਾ ਸਭ ਤੋਂ ਸੱਚਾ ਜਿਹੜਾ ਦਰਬਾਰ ਹੈ ਜਿੱਥੋਂ ਅਸੀਂ ਆਦੇਸ਼ ਲੈਣਾ, ਉਹ ਅਕਾਲ ਤਖ਼ਤ ਹੈ, ਸਾਨੂੰ ਤਾਂ ਪੰਜਾਬ ਦੀ ਧਰਤੀ 'ਤੇ ਮਿਲਿਆ। ਪੂਰੇ ਪੰਜਾਬ ਦੇ ਜਿਹੜੇ ਸਿੱਖ ਨੇ, ਪੰਜਾਬ ਦੇ ਲੋਕ ਨੇ, ਕਮਾਂਡ ਲੈ ਕੇ ਮੱਥਾ ਟੇਕ ਕੇ ਚੱਲਦੇ ਆ। ਸੋ ਇੱਕ ਇੱਦਾਂ ਦੀ ਜਥੇਬੰਦੀ ਚਾਹੀਦੀ ਹੈ ਕਿ ਜਿਹੜੀ ਗੌਰਮੈਂਟ ਨੂੰ ਕਮਾਂਡ ਕਰੇ, ਗੌਰਮੈਂਟ ਨੂੰ ਡਰ ਰਹੇ ਕਿ ਹਾਂ ਸਾਡੇ ਲੋਕ ਨੇ, ਜੇ ਅਸੀਂ ਕੰਮ ਨਹੀਂ ਕਰਾਂਗੇ, ਹੁਣ ਤਾਂ ਕੋਈ ਪੁੱਛਣ ਵਾਲਾ ਹੈ ਨਹੀਂ, ਉਹੀ ਗੌਰਮੈਂਟ, ਉਹੀ ਸਭ ਕੁਛ, ਉਹੀ ਲੋਕ ਨੇ, ਵਾਰੀ ਵਾਰੀ ਆਈ ਜਾਂਦੇ। ਅਤੇ ਇਹ ਸੰਘਰਸ਼ ਨੇ ਇੱਕ ਵੱਡੀ ਗੱਲ ਇਹ ਕੀਤੀ ਕਿ ਉਹ ਐਕਸਪੋਜ਼ ਹੋ ਗਏ, ਸਭ ਨੂੰ ਪਤਾ ਲੱਗ ਗਿਆ ਵੀ ਇਹ ਇੱਕੋ ਹੀ ਨੇ, ਵਾਰੀ ਵਾਰੀ ਆਉਂਦੇ ਆ, ਫਰਕ ਕੋਈ ਹੈ ਨਹੀਂ, ਬਸ ਪਾਰਟੀਆਂ ਹੀ ਬਦਲੀਆਂ ਹੋਈਆਂ ਨੇ, ਬੰਦੇ ਉਹੀ ਨੇ। ਸੋ ਇਹ ਚੀਜ਼ਾਂ ਕਿਸਾਨੀ ਸੰਘਰਸ਼ ਨੇ ਬਹੁਤ ਵੱਡੇ ਪੱਧਰ 'ਤੇ ਚੇਂਜ ਕੀਤੀਆਂ ਨੇ। ਕੀ ਇਸ ਵਾਰ ਜਦੋਂ ਤੁਸੀਂ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਗੱਲ ਹੋਈ ਹੈ ਕਿ ਆਉਣ ਵਾਲੀ ਜਿਹੜੀ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ? ਚੋਣਾਂ ਦੀ ਕੋਈ ਗੱਲ ਨਹੀਂ ਹੋਈ, ਉਹਦੇ 'ਚ ਤਾਂ ਸਿਰਫ ਧਰਨੇ ਨੂੰ ਲੈ ਕੇ ਗੱਲ ਹੋਈ ਕਿ ਅਸੀਂ ਹੋਰ ਕਿਵੇਂ ਮਜ਼ਬੂਤੀ ਵੱਲ ਜਾ ਸਕਦੇ ਹਾਂ, ਹੋਰ ਲੋਕਾਂ ਨੂੰ ਕਿਵੇਂ ਆਪਦੇ ਨਾਲ ਜੋੜ ਸਕਦੇ ਹਾਂ, ਜਿਵੇਂ ਸਾਨੂੰ ਪੰਥਕ ਲੋਕਾਂ ਦੀ ਵੀ ਲੋੜ ਹੈ, ਸਾਹਿਤਕ ਲੋਕਾਂ ਦੀ ਵੀ ਲੋੜ ਹੈ, ਸਮਾਜ ਸੇਵੀਆਂ ਦੀ ਵੀ ਲੋੜ ਹੈ, ਪਲੇਅਰਾਂ ਦੀ ਵੀ ਲੋੜ ਹੈ, ਜਿਵੇਂ ਬਾਬਾ ਜੀ ਉਹਨੇ ਤਨਦੇਹੀ ਨਾਲ 8 ਮਹੀਨਿਆਂ ਤੋਂ ਡਿਊਟੀ ਇੱਥੇ ਵੀ ਅਤੇ ਉੱਥੇ ਵੀ ਨਿਭਾ ਰਿਹਾ, ਐਵੇਂ ਹਰ ਇੱਕ ਵਰਗ ਹੈ ਜਿਹੜਾ ਸਾਨੂੰ ਇੰਨੀ ਹੀ ਸ਼ਿੱਦਤ ਨਾਲ ਚਾਹੀਦਾ। ਚਲੋ ਸਾਡੀ ਤਾਂ ਬਹੁਤ ਮਹਾਂਪੁਰਸ਼ ਪਹੁੰਚੇ ਹੋਇਆ, ਕੌਮ ਦਾ ਹੀ ਇਤਿਹਾਸ ਹੈ, ਇਹ ਤਾਂ ਦੁਨੀਆ 'ਤੇ ਜਦੋਂ ਭੀੜ ਪੈਂਦੀ ਹੈ ਹਰ ਇੱਕ ਲਈ ਖੜੇ ਹੈ, ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਹੈ। ਪਰ ਇਹ ਜਿਹੜਾ ਸੰਘਰਸ਼ ਹੈ ਹੁਣ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ, ਇਹ ਸਭ ਦਾ, ਰੋਟੀ ਹਰ ਇੱਕ ਬੰਦੇ ਨੇ ਖਾਣੀ ਹੈ, ਖੇਤੀ ਨਾਲ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਆਪਾਂ ਸਾਰੇ ਜੁੜੇ ਹੋਏ ਹਾਂ। ਜਦੋਂ ਇੱਕ ਬੁਰਕੀ ਨੂੰ ਆਪਾਂ ਤੋੜ ਕੇ ਮੂੰਹ 'ਚ ਪਾਉਂਦੇ ਹਾਂ ਨਾ, ਇੱਕ ਮਿੰਟ ਲਈ ਉਸ ਕਿਸਾਨ ਦੀ ਮਸ਼ਕਤ ਦੇਖ ਲਈਏ ਜਿੱਥੋਂ ਉਹ ਬੁਰਕੀ ਦਾ ਆਗਾਜ਼ ਹੈ ਜਿਹੜਾ ਸ਼ੁਰੂ ਹੋਇਆ। ਸੋ ਸਭ ਨੂੰ ਸੋਚਣਾ ਚਾਹੀਦਾ, ਇਹ ਸਭ ਦਾ ਸੰਘਰਸ਼ ਹੈ, ਸਭ ਨੂੰ ਆਉਣਾ ਚਾਹੀਦਾ। ਸੋ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ, ਕੋਈ ਕਿਸਾਨੀ 'ਤੇ ਗਾਣੇ ਵੀ ਲੈ ਕੇ ਆ ਰਹੇ? ਹਾਂਜੀ, ਪਿਛਲੇ ਦਿਨਾਂ 'ਚ ਵੀ ਜਦੋਂ ਸ਼ੁਰੂ ਹੋਇਆ ਸੰਘਰਸ਼, ਗਾਣੇ ਲਗਾਤਾਰ ਸਾਰੀ ਇੰਡਸਟਰੀ ਲੈ ਕੇ ਆਈ ਆ, ਅਸੀਂ ਵੀ ਰਲ ਕੇ ਵੀ ਕੀਤੇ ਆ, ਸਾਡੀ ਇੰਡਸਟਰੀ 'ਤੇ ਵੀ ਵੱਡਾ ਅਸਰ ਪਾਇਆ। ਅਸੀਂ ਵੀ ਕਦੇ ਇੰਨੇ ਕਲਾਕਾਰ ਇਕੱਠੇ ਨਹੀਂ ਹੋਏ ਕਿਸੇ ਗੀਤ 'ਚ, ਤਾਂ ਉਹਦੇ 'ਚ 14-15 ਕਲਾਕਾਰ ਇਕੱਠੇ ਸੀ ਅਸੀਂ। ਆਉਣ ਵਾਲੇ ਦਿਨਾਂ 'ਚ ਕਿਸਾਨ ਐਂਥਮ 3 ਵੀ ਲੈ ਕੇ ਆ ਰਹੇ ਹਾਂ, ਅਤੇ ਇੱਕ ਜਿੱਤੂਗਾ ਪੰਜਾਬ ਮੇਰਾ ਆਪਦਾ ਵੀ ਗਾਣਾ ਜਿਹੜਾ ਉਹ ਆ ਰਿਹਾ ਅਗਲੇ ਦਿਨਾਂ 'ਚ, ਤੁਹਾਡੇ ਰੂਬਰੂ ਕੀਤਾ ਜਾਊਗਾ ਜੀ। ਬਾਬਾ ਜੀ, ਮੈਂ ਤੁਹਾਡੇ ਵੀ 2 ਮਿੰਟ ਲੈਣਾ ਚਾਹੂੰਗਾ, ਕਿਉਂਕਿ ਤੁਹਾਡਾ ਵੀ ਇਸ ਅੰਦੋਲਨ ਦੇ ਵਿੱਚ ਬੜਾ ਯੋਗਦਾਨ ਰਿਹਾ।
ਉਹਨਾਂ ਨੇ ਸਾਰਿਆਂ ਦੀਆਂ ਅੱਡ ਅੱਡ ਡਿਊਟੀਆਂ ਲਾਈਆਂ ਆ, ਇਹਨਾਂ ਦੀਆਂ ਬਾਜਵਾ ਸਾਹਿਬ ਉਹਨਾਂ ਦੀਆਂ ਲਾਈਆਂ ਵੀ ਕਿਸਾਨਾਂ ਨੂੰ ਜਗਾਉਣਾ, ਇਹ ਜਗਾ ਰਹੇ ਆ ਸਾਰਿਆਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਆ। ਸਾਡੀ ਡਿਊਟੀ ਲੰਗਰਾਂ ਦੀ ਲਾਈ ਆ, ਕਿਸਾਨਾਂ ਨੂੰ ਲੰਗਰ ਛਕਾਉਣੇ, ਪ੍ਰਸ਼ਾਦੇ ਛਕਾਉਣੇ, ਜਵਾਨਾਂ ਨੂੰ ਵੀ ਛਕਾਉਣੇ, ਅਤੇ ਜਿਹੜੇ ਕਮੇਟੀ ਵਾਲੇ ਮੈਂਬਰ ਸਾਹਿਬ ਜਿੰਨੇ ਵੀ ਆਪਣੇ ਜੀਤੂ ਵੀਰ ਹੋਣੀ, ਗੁਰਮੁਖ ਸਿੰਘ ਜੀ ਹੋਣੀ, ਹੋਰ ਮਾਨ ਸਾਹਿਬ ਆ, ਇਹਨਾਂ ਦੀਆਂ ਡਿਊਟੀਆਂ ਜਿੰਨੇ ਵੀ ਸਾਡੇ ਵੀਰ ਆ, ਤਕੜੇ ਹੋ ਕੇ ਪਹੁੰਚਣ ਦੇ ਉੱਥੇ ਵਿਵਸਥਾ ਬਣਾਉਣ ਦਾ ਸਾਰਾ ਆਪਣਾ ਹੱਕ ਲੈ ਸਕੀਏ ਤਕੜੇ ਹੋ ਕੇ, ਅਤੇ ਅਸੀਂ ਤਾਂ ਆਖਰੀ ਸਾਹ ਤੱਕ ਲੰਗਰ ਚਲਾਵਾਂਗੇ ਕਿਸਾਨਾਂ ਦੇ। ਇੱਧਰ ਮੈਂ ਚਾਹੂੰਗਾ ਕਿ ਇਹਨਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾ ਦਿੱਤੀ ਜਾਵੇ, ਕਿਉਂਕਿ ਬੜਾ ਯੋਗਦਾਨ ਰਿਹਾ ਇਹਨਾਂ ਦਾ ਵੀ ਯੂਥ ਨੂੰ ਇਕੱਠੇ ਕਰਨ 'ਤੇ। ਉੱਥੇ ਜਿਹੜਾ ਐਜ਼ ਏ ਵਲੰਟੀਅਰ ਜੀਤੂ ਬਾਈ ਹੋਰਾਂ ਦਾ ਗਾਜ਼ੀਪੁਰ ਬੋਰਡਰ 'ਤੇ ਮੋਰਚਾ ਸਾਂਭਦੇ ਰਹੇ ਨੇ, ਕੀ ਲੱਗਦਾ ਹੈ ਕਿ ਹੁਣ ਸਮਝਦੇ ਹੋ ਕਿ ਉਹ ਜਿਹੜਾ ਪਹਿਲਾਂ ਜਿਹੜਾ ਯੂਥ ਦੇ ਵਿੱਚ ਜਿਹੜਾ ਹੁਣ ਸੋਚ ਨੂੰ ਜਾਗ ਲੱਗਿਆ ਯੂਥ ਦੀ, ਕਿਉਂਕਿ ਤੁਸੀਂ ਤਾਂ ਪਹਿਲੇ ਦਿਨ ਤੋਂ ਉੱਥੇ ਨਾਲ ਜੁੜੇ ਹੋਏ ਹੋ? ਹਾਂਜੀ, ਕਾਫੀ ਫਰਕ ਪਿਆ ਆ। ਮੈਂ ਜਿਵੇਂ ਕੱਲ੍ਹ ਦੀ ਗੱਲ ਕਰਾਂ, ਕੱਲ੍ਹ ਅਸੀਂ ਉੱਥੇ ਪੰਚਾਇਤ ਕੀਤੀ, ਬਹੁਤ ਘੱਟ ਟਾਈਮ ਦੇ ਵਿੱਚ ਵੀਰ ਜੀ ਉਹਨਾਂ ਦਾ 3 ਦਿਨਾਂ ਦਾ ਸਮੇਂ ਮਿਲਿਆ, ਔਰ ਸੋਸ਼ਲ ਮੀਡੀਆ ਦੇ ਦੁਆਰਾ ਹੀ ਅਸੀਂ ਸਭ ਨੂੰ ਜਾਣਕਾਰੀ ਦਿੱਤੀ। ਅਮੂਮਨ ਉੱਥੇ 80% ਲੋਕ ਯੂਥ ਸੀਗਾ, ਔਰ ਯੂਥ ਦੇ ਵਿੱਚ ਬਹੁਤ ਉਤਸ਼ਾਹ ਸੀਗਾ, ਔਰ ਬੜਾ ਮੈਨੇਜਮੈਂਟ ਬਣਾ ਕੇ ਸਭ ਬੈਠੇ। ਮੈਂ ਮੰਨਦਾ ਕਿ ਬਹੁਤ ਹੁਣ ਪਹਿਲਾਂ ਤੋਂ ਬਹੁਤ ਫਰਕ ਆ ਗਿਆ ਯੂਥ ਦੇ ਵਿੱਚ, ਹੁਣ ਥੋੜ੍ਹਾ ਸਿੰਸੀਅਰ ਵੀ ਹੋਇਆ ਹੈ। 26 ਤਰੀਕ ਤੋਂ ਪਹਿਲਾਂ, 26 ਜਨਵਰੀ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਥੋੜ੍ਹਾ ਗਰਮ ਸੀਗਾ ਯੂਥ ਸਾਡਾ, ਉਹਨਾਂ ਨੂੰ ਐਗਰੈਸਿਵ ਸੀਗਾ, ਲੇਕਿਨ ਉਹ ਤੋਂ ਬਾਅਦ ਹੁਣ ਥੋੜ੍ਹਾ ਸਿਸਟਮੈਟਿਕਲੀ ਤਰੀਕੇ ਨਾਲ ਉਹਨਾਂ ਨੂੰ ਥੋੜ੍ਹਾ ਸਿੰਸੀਅਰ ਹੋਏ ਨੇ ਸਾਡੇ ਯੂਥ, ਇਹ ਬਹੁਤ ਖੁਸ਼ੀ ਦੀ ਗੱਲ ਹੈ। ਸੋ ਸਮਾਂ ਦੇਣ ਦੇ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ। ਸੋ ਇਸੇ ਤਰ੍ਹਾਂ ਇਹਨਾਂ ਦਾ ਮੰਨਣਾ ਹੈ ਕਿ ਹੌਲੀ ਹੌਲੀ ਇਸ ਅੰਦੋਲਨ ਦੇ ਨਾਲ ਲੋਕਾਂ ਦੀ ਸੋਚ ਨੂੰ ਜਾਗ ਵੀ ਲੱਗ ਰਿਹਾ, ਅਤੇ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਆਉਣ ਵਾਲੀਆਂ ਚੋਣਾਂ ਦੀ, ਤਾਂ ਇਹ ਸਮਝਦੇ ਨੇ ਕਿ ਜ਼ਰੂਰ ਇਸ ਅੰਦੋਲਨ 'ਚੋਂ ਕਈ ਅਜਿਹੇ ਚਿਹਰੇ ਨੇ ਜਿਹੜੇ ਸਿੱਧੇ ਤੌਰ 'ਤੇ ਰਾਜਨੀਤੀ ਦੇ ਨਾਲ ਨਾ ਜੁੜਨ, ਪਰ ਅਸਿੱਧੇ ਤੌਰ 'ਤੇ ਰਾਜਨੀਤਿਕ ਢਾਂਚੇ ਦੇ ਵਿੱਚ ਦਖਲ ਅੰਦਾਜ਼ੀ ਜ਼ਰੂਰ ਕਰਨ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ, ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਸ਼ਰਦ ਨੇ, ਮੈਂ ਸ਼ੈਸ਼ਵ ਨਾਗਰਾ, ਧੰਨਵਾਦ।